ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਆ ਸਾਰੇ? ਫਿਰ ਸਾਰੇ ਵਧੀਆ ਹੋਣਗੇ. ਸੋਰੀ ਮੈਂ ਵਲੌਗ ਪਾਇਆ ਨਹੀਂ ਕੋਈ ਵੀ ਇੱਦਾਂ ਹੀ. ਮੈਨੂੰ ਖਾਸ ਕਰਕੇ ਮੈਂ ਅੱਜ ਕੋਈ ਨਵੇਂ ਟੌਪਿਕ 'ਤੇ ਗੱਲ ਛੇੜਾਂਗੀ. ਇੱਕ ਕਿ ਮੈਂ ਇੱਕ ਵਲੌਗ ਪਾਇਆ ਸੀ ਕਿ ਵਲੌਗ ਨਾਲ ਮੇਰਾ ਘਰ ਨਹੀਂ ਚੱਲਦਾ. ਸਿੰਪਲ ਜੀ ਗੱਲ ਆ, ਜੋ ਗੱਲ ਸੀਗੀ ਠੀਕ ਹੈ, ਪਰ ਮੈਂ ਨਹੀਂ ਕਹਿੰਦੀ ਹੈਗੀ ਕਿ ਮੈਂ ਵਲੌਗ ਡੇਲੀ ਪਾਵਾਂਗੀ, ਮੈਂ ਇੱਦਾਂ ਪਾਵਾਂਗੀ, ਮੈਂ ਇਹ ਕਰਾਂਗੀ, ਮੈਂ ਉਹ ਕਰਾਂਗੀ. ਸੋਰੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਕਿ ਮੈਂ ਜਗ੍ਹਾ ਜਗ੍ਹਾ ਜਾ ਕੇ, ਹਾਂਜੀ ਆਹ ਦੇਖੋ ਇੱਥੇ ਅਸੀਂ ਆਏ ਹਾਂ, ਅਸੀਂ ਅੱਜ ਇਹ ਖਾਣ ਲੱਗੇ, ਅਸੀਂ ਉਹ ਖਾਣ. ਠੀਕ ਹੈ, ਕਦੇ ਕਦੇ ਦਿਲ ਕਰਦਾ ਹੈ, ਇੱਕ ਵਲੌਗ ਵਧੀਆ ਲੱਗਦਾ ਇੱਦਾਂ ਦਾ. ਜ਼ਰੂਰੀ ਨਹੀਂ ਕਿ ਹਰ ਵਾਰੀ ਇੱਕ ਹੀ ਚੀਜ਼ ਮੈਂ ਕਰੀ ਜਾਵਾਂ ਜਿਹੜੀ ਪਬਲਿਕ ਨੂੰ ਵੀ ਪਸੰਦ ਨਾ ਆਵੇ ਅਤੇ ਮੈਨੂੰ ਵੀ ਪਸੰਦ ਨਾ ਆਵੇ, ਅਤੇ ਮੈਂ ਵੀ ਉਸ ਚੀਜ਼ ਨੂੰ ਕਹਾਂ ਯਾਰ ਪਹਿਲ ਕੀ ਤੂੰ ਵਲੌਗ ਪਾਉਂਦੀ ਹੈ, ਰਾਈਟ? ਅਤੇ ਅੱਜ ਖਾਸ ਕਰਕੇ ਇਸ ਲਈ ਵਲੌਗ ਪਾਉਣਾ ਪਿਆ ਕਿ ਸਾਰੇ ਕਹਿ ਰਹੇ ਸੀਗੇ ਕਿ ਪਾਇਲ ਤੁਸੀਂ ਡੇਲੀ ਵਲੌਗ ਪਾਇਆ ਕਰੋ. ਹੁਣ ਯਾਰ ਮੈਂ ਸੱਚ ਦੱਸਾਂ ਤਾਂ ਮੈਂ ਡੇਲੀ ਬਾਹਰ ਜਾਂਦੀ ਹਾਂ, ਘੁੰਮਣ ਲਈ ਵੀ ਜਾਂਦੀ ਹਾਂ, ਹੈ ਨਾ. ਕੋਈ ਫੰਕਸ਼ਨ ਅਟੈਂਡ ਕਰਨਾ ਹੁੰਦਾ, ਕੋਈ ਮਤਲਬ ਇੱਕ ਕੋਈ ਪ੍ਰਮੋਸ਼ਨ ਹੁੰਦੀ ਹੈ, ਕੁਛ ਵੀ ਹੁੰਦਾ, ਮੈਂ ਜਾਂਦੀ ਹਾਂ. ਪਰ ਇੱਕ ਨਾ ਮੇਰੇ ਤੋਂ ਆਹ ਚੀਜ਼ ਨਹੀਂ ਹੁੰਦੀ. ਇੱਕ ਬੰਦਾ ਹੁੰਦਾ ਨਾ ਕਿ ਯਾਰ ਆਹ ਵਲੌਗ ਆਪਾਂ ਨੇ ਇੱਦਾਂ ਵਲੌਗ ਬਣਾਉਣਾ, ਜਾਂ ਆਹ ਪਾਉਣਾ, ਇੱਦਾਂ ਕਰਨਾ, ਉਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ. ਇੱਕ ਵਲੌਗ ਬਣਾਉਣ ਦਾ ਇੱਕ ਕੰਟੈਂਟ ਹੁੰਦਾ ਕਿ ਵਲੌਗ 'ਚ ਤੁਸੀਂ ਕਰ ਕੀ ਰਹੇ ਹੋ, ਇੱਕ ਥੀਮ ਹੁੰਦਾ, ਇੱਕ ਜ਼ਰੀਆ ਹੁੰਦਾ ਕਿ ਲੋਕਾਂ ਅੱਗੇ ਤੁਸੀਂ ਕੀ ਪਹੁੰਚਾ ਰਹੇ ਹੋ. ਹੁਣ ਡੇਲੀ ਤੁਸੀਂ ਰੀਸੈਂਟਲੀ ਕਿੰਨੇ ਵਲੌਗ ਪੈਂਦੇ, ਡੇਲੀ ਦੇ ਹਜ਼ਾਰਾਂ ਵਲੌਗ ਪੈਂਦੇ. ਮੈਨੂੰ ਲੱਗਦਾ ਪਬਲਿਕ ਖੁਦ ਪਰੇਸ਼ਾਨ ਹੋ ਜਾਂਦੀ ਕਿ ਕੀ ਦਿਖਾ ਰਹੇ ਆ, ਕੀ ਦਿਖਾਉਣਾ. ਔਰ ਸੈਕਿੰਡ ਥਿੰਗ ਇੱਕ ਚੀਜ਼ ਹੋਰ ਵੀ ਹੁੰਦੀ, ਵਲੌਗ ਹੁੰਦਾ ਕਿਸੇ ਚੀਜ਼ ਹੋਰ ਦਾ, ਬਟ ਉਹਦੇ 'ਤੇ ਜਿਹੜੀ ਰਾਈਟਿੰਗ ਲਿਖੀ ਹੁੰਦੀ ਉਹ ਕੁਛ ਹੋਰ ਹੁੰਦੀ ਆ. ਮੈਂ ਖੁਦ ਨੋਟਿਸ ਕਰਦੀ ਹੁੰਦੀ ਕੁਛ ਨੋਟਿਸ ਕਰਦੀ ਹੁੰਦੀ ਹਾਂ ਕਿ ਵਲੌਗ ਬਣਾਉਣਾ ਤਾਂ ਵਧੀਆ ਵਲੌਗ ਬਣਾਈਏ ਕਿ ਜਿਹਦੇ ਵਿੱਚ ਨਾ ਕਿ ਸਾਹਮਣੇ ਵਾਲਾ ਪਤਾ ਨਹੀਂ ਹੈਗਾ ਸਾਡੇ ਵਲੌਗ, ਕੁੜੀਆਂ ਮੁੰਡੇ ਬੱਚੇ ਵੀ ਦੇਖਦੇ ਹੋਣ, ਫੈਮਲੀਜ਼ ਵੀ ਦੇਖਦੀਆਂ, ਹੈ ਨਾ. ਕਈ ਸੋਚਦੇ ਹੋਣੇ ਕਿ ਇਹ ਤਾਂ ਇੱਕ ਰੂਮ 'ਚ ਬੈਠ ਕੇ ਵਲੌਗ ਬਣਾਈ ਜਾਂਦੀ, ਬੋਲੀ ਜਾਂਦੀ ਆ. ਪਰ ਜਿਨ੍ਹਾਂ ਨੇ ਕੁਛ ਸਿੱਖਣਾ ਹੈ, ਜਿਨ੍ਹਾਂ ਨੇ ਕੁਛ ਮਤਲਬ ਹੁੰਦਾ ਨਾ ਕਿ ਮੈਂ ਕੁਛ ਕਹਾਂ ਵੀ ਨਾ, ਉਹਨਾਂ ਨੂੰ ਤਾਂ ਵੀ ਸਮਝ ਆ ਜਾਵੇ ਕਿ ਕੀ ਕਹਿਣਾ ਚਾਹੁੰਦੀ ਹੈ, ਕੀ ਬੋਲਣਾ ਚਾਹੁੰਦੀ ਆ. ਅਤੇ ਮੈਨੂੰ ਲੱਗਦਾ ਹੱਦ ਤੋਂ ਜ਼ਿਆਦਾ ਕਮੈਂਟ ਮੈਨੂੰ ਇਹ ਆ ਚੁੱਕੇ ਸੀ, ਪਾਇਲ ਤੁਸੀਂ ਵਲੌਗ ਬਣਾਓ, ਵਲੌਗ ਬਣਾਓ, ਹੈ ਨਾ. ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਦਾਂ ਦੇ ਵਲੌਗ ਬਣਾਵਾਂ ਅਤੇ ਪਬਲਿਕ ਪਸੰਦ ਕਿੱਦਾਂ ਨਹੀਂ ਕਰੇ. ਅਤੇ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੇ ਮਤਲਬ ਵਲੌਗ ਚਾਹੀਦੇ ਆ, ਕਿ ਇੱਦਾਂ ਦਾ ਪਾਇਲ ਤੁਸੀਂ ਵਲੌਗ ਬਣਾਇਆ ਕਰੋ, ਹੈ ਨਾ. ਮੈਂ ਸੱਚ ਦੱਸਾਂ ਮੈਨੂੰ ਬੜੀ ਸ਼ਰਮ ਆਉਂਦੀ ਹੈ ਵਲੌਗ ਬਣਾਉਂਦੇ ਸਮੇਂ. ਓਹੋ, ਅਤੇ ਉਹਦੇ ਕਰਕੇ ਮੇਰਾ ਖੁਦ ਦਾ ਦਿਲ ਨਹੀਂ ਕਰਦਾ ਹੈਗਾ ਕਿ ਮੈਂ ਕਿਵੇਂ ਬਣਾਵਾਂ, ਕੀ ਕਹਾਂ, ਕੀ ਵਲੌਗ 'ਚ ਬੋਲਾਂਗੀ, ਹੈ ਨਾ. ਉਹਦੇ ਕਰਕੇ ਅਤੇ ਸਪੈਸ਼ਲੀ ਵਲੌਗ ਤੁਸੀਂ ਸਾਰਿਆਂ ਨੇ ਫਰੈਸ਼ ਕੈਨੇਡੀਅਨ ਦਾ ਦੇਖਿਆ ਹੀ ਸੀ. ਮੈਂ ਵੀ ਵਲੌਗ ਮਤਲਬ ਉਹਨਾਂ ਦਾ ਵਲੌਗ ਦੇਖਿਆ ਅਤੇ ਵਧੀਆ ਲੱਗਿਆ. ਉਹਨਾਂ ਨੇ ਵਧੀਆ ਲੈਣਾ ਕਹੀ ਹੈ, ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਮੇਰੀ ਗੱਲਾਂ ਠੀਕ ਲੱਗੀਆਂ. ਐਂਡ ਥੈਂਕ ਯੂ ਦਿਲੋਂ ਸੋ ਮੱਚ ਉਹਨਾਂ ਦਾ. ਮੈਨੂੰ ਕਮੈਂਟ ਸੈਕਸ਼ਨ 'ਚ ਬੜੇ ਮੈਸੇਜ ਆ ਰਹੇ ਸੀ, ਤੁਸੀਂ ਥੈਂਕ ਯੂ ਕਰੋ ਉਹਨਾਂ ਦਾ. ਅਤੇ ਉਹ ਮੈਂ ਪਹਿਲਾਂ ਹੀ ਥੈਂਕ ਯੂ ਕਰਨ ਲੱਗੀ ਸੀ ਜਦੋਂ ਮੈਂ ਦੇਖਿਆ, ਜਦੋਂ ਮੈਂ ਚੈੱਕ ਕੀਤੀ ਉਹਨਾਂ ਦਾ ਵਲੌਗ ਚੈੱਕ ਕੀਤਾ. ਥੈਂਕ ਯੂ ਸੋ ਮੱਚ, ਇੰਨੀ ਰਿਸਪੈਕਟ ਦੇ ਕਾਬਿਲ ਪਤਾ ਨਹੀਂ ਹੈਗੀ ਵੀ ਨਹੀਂ ਹੈ ਕਿ ਮੈਂ ਸਹੀ ਕਰ ਰਹੀ ਹਾਂ ਜੋ ਵੀ ਕਰ ਰਹੀ ਹਾਂ, ਬਟ ਜਿਹੜੀ ਗੱਲਾਂ ਉਹ ਕਰਦੇ ਆ, ਰੋਸਟ ਕਰਦੇ ਆ, ਮੈਨੂੰ ਬਹੁਤ ਵਧੀਆ ਲੱਗਦਾ ਕਿਤੇ ਨਾ ਕਿਤੇ. ਮਤਲਬ ਜੋ ਹੈਗਾ ਨਾ ਉਹ ਕਰਕੇ ਦਿਖਾਓ, ਜਨਤਾ ਹੋਰੇ ਪਾਸੇ ਨੂੰ ਜਾਣਦੀ ਹੈ. ਯਾਰ ਤੁਸੀਂ ਜੇ ਬਣਾਉਣਾ ਕੋਈ ਵਲੌਗ ਬਣਾਉਣਾ, ਕੰਟੈਂਟ ਬਣਾਓ ਯਾਰ, ਵਧੀਆ ਵਧੀਆ ਪਬਲਿਕ ਖੁਸ਼ ਹੋਵੇ ਯਾਰ, ਕੁਛ ਵਧੀਆ ਕਰ ਰਹੇ, ਕੁਛ ਸਿੱਖਣ ਨੂੰ ਮਿਲ ਰਿਹਾ ਇਹ ਚੀਜ਼ ਤੋਂ. ਜਦੋਂ ਕੁਛ ਸਿੱਖਣ ਨੂੰ ਨਹੀਂ ਮਿਲਦਾ ਫਿਰ ਕੀ ਕਰੀਏ? ਐਕਚੁਲੀ ਉਹਦੇ ਕਰਕੇ ਮੈਨੂੰ ਕਹਿਣਾ ਪਿਆ ਥੈਂਕ ਯੂ ਸੋ ਮੱਚ. ਐਂਡ ਇੱਕ ਹੋਰ ਨੇ ਜੋ ਇਟਲੀ 'ਤੇ ਨੇ, ਉਹ ਵੀ ਰੋਸਟ ਕਰਦੇ, ਮੇਰੇ ਗਾਲਾਂ ਬੜੀਆਂ ਕੱਢਦੇ ਉਹ, ਬਟ ਠੀਕ ਹੈ. ਜਿੱਥੇ ਤੱਕ ਲੱਗਦਾ ਪਬਲਿਕ ਉਹਨਾਂ ਨੂੰ ਦੇਖਦੀ ਆ, ਪਸੰਦ ਕਰਦੀ, ਕਮੈਂਟ ਦੇਖਦੀ ਆ, ਮੈਂ ਉਹਨਾਂ ਦੇ ਪੜ੍ਹਦੀ ਹਾਂ. ਕਿਤੇ ਨਾ ਕਿਤੇ ਹਰ ਇੱਕ ਬੰਦਾ ਸਹੀ ਹੁੰਦਾ, ਪਰ ਸਮਝਣ ਵਾਲੇ ਨੂੰ ਸਮਝ ਨਹੀਂ ਲੱਗਦੀ ਕਿ ਕਈ ਬੋਲਦੇ ਕਿ ਸਾਨੂੰ ਗਾਲਾਂ ਕੱਢਦੇ. ਉਹ ਬੇਫਾਲਤੂ ਕਿਸੇ ਨੂੰ ਕੋਈ ਕਿਉਂ ਬੋਲੂੰਗਾ ਯਾਰ? ਜੇ ਹੁਣ ਤੁਹਾਡੇ ਵਲੌਗ ਪਬਲਿਕ ਦੇਖਦੀ ਆ, ਫੈਮਲੀਜ਼, ਬੱਚੇ, ਉਹਨਾਂ 'ਤੇ ਰਿਐਕਸ਼ਨ ਕੀ ਪਊਂਗਾ ਕੱਲ੍ਹ ਨੂੰ ਕਿ ਯਾਰ ਇਹ ਕੀ ਕਰਦੇ ਪਏ ਆ, ਹੈ ਨਾ. ਇਹ ਮਿੰਟ ਬਾਅਦ ਕਦੇ ਕੁਛ ਹੋਰ ਪਾ ਦਿੰਦੇ, ਕਦੇ ਹੋ, ਅੱਜ ਮੈਂ ਆਹ ਸੋਫਾ ਲਿਆਂਦਾ, ਮੈਂ ਅੱਜ ਇੱਥੇ ਬਹਿਣ ਲੱਗੀ, ਅੱਜ ਮੈਂ ਆਹ ਕਰਨ ਲੱਗੀ. ਠੀਕ ਹੈ ਯਾਰ, ਕੁਛ ਬਣਾਓ ਯਾਰ, ਕਿਚਨ 'ਚ ਬਣਾਓ ਜਾ ਕੇ ਖਾਣਾ ਪੀਣਾ, ਕੋਈ ਡਿਸ਼ਿਜ਼ ਬਣਾਓ, ਸਿਖਾਓ ਲੋਕਾਂ ਨੂੰ. ਮਤਲਬ ਆਹ ਚੀਜ਼ ਦੇ ਕੰਟੈਂਟ ਹੁੰਦੇ ਆ, ਇਹ ਨਹੀਂ ਹੁੰਦੇ ਲਓ ਜੀ ਅੱਜ ਮੈਂ ਆਹ ਕਰ ਲਿਆ, ਅੱਜ ਮੈਂ ਆਹ ਸੂਟ ਪਾਉਣਾ, ਲਓ ਜੀ ਮੈਂ ਉਹ ਪਾਉਣਾ. ਠੀਕ ਹੈ, ਦਿਖਾਓ, ਉਹ ਵੀ ਚੀਜ਼ਾਂ ਇੰਪੋਰਟੈਂਟ ਨੇ, ਪਬਲਿਕ ਨੂੰ ਕਹੋ, ਹੈ ਨਾ, ਮੋਟੀਵੇਟ ਕਰੋ ਕੋਈ ਚੀਜ਼ ਲਈ. ਇੱਦਾਂ ਨਹੀਂ ਯਾਰ ਚੱਕ ਕੇ ਮੂੰਹ, ਹਾਂਜੀ
ਮੈਨੂੰ ਤਾਂ ਕਈ ਗਾਲਾਂ ਵੀ ਕੱਢਦੇ ਆ ਕਿ ਤੂੰ ਇੱਦਾਂ ਕਾਹਤੇ ਕਰਦੀ ਆ, ਤੂੰ ਬਲੌਗ ਬਣਾਉਂਦੀ, ਨਾਲੇ ਕਹਿੰਦੀ ਮੈਂ ਬਣਾਉਂਦੀ ਨਹੀਂ, ਨਾਲੇ ਬਣਾਉਂਦੀ ਵੀ ਆ। ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਿ ਦੇਵਾਂ ਕਿ ਜੋ ਮੈਨੂੰ ਵਧੀਆ ਲੱਗਦਾ ਮੈਂ ਉਹ ਕਰਦੀ ਹਾਂ, ਬਲੌਗ ਨਹੀਂ। ਮੈਂ ਹੁਣ ਤੁਸੀਂ ਮੇਰੇ ਕਿੰਨੇ ਕੁ ਬਲੌਗ ਦੇਖ ਲਏ ਯਾਰ, ਮੇਰਾ ਡੇਲੀ ਦਾ ਤਾਂ ਕੰਮ ਹੈ ਨਹੀਂ ਕਿ ਕੈਮਰਾ ਚੱਕ ਕੇ ਕਦੇ ਮੈਂ ਆਹ ਕੋਨੇ 'ਚ ਖੜ੍ਹਾ, ਕਦੇ ਉਹ ਕੋਨੇ 'ਚ ਖੜ੍ਹਾ, ਅਤੇ ਮੈਂ ਉੱਪਰ ਕਦੇ ਇੱਧਰ ਕਦੇ ਉੱਧਰ। ਇੰਨਾ ਟਾਈਮ ਕਿਹਦੇ ਕੋਲ ਹੁੰਦਾ ਯਾਰ, ਜਿਹੜੇ ਵਿਹਲੇ ਹੁੰਦੇ ਉਹੀ ਕਰ ਸਕਦੇ ਆ। ਸਿੱਧੀ ਜਿਹੀ ਗੱਲ ਆ, ਜੇ ਮੇਰਾ ਬਲੌਗ ਆਉਂਦਾ ਵੀ 10 ਦਿਨਾਂ ਬਾਅਦ ਵੀ ਆਉਂਦਾ, 2 ਦਿਨਾਂ ਬਾਅਦ ਵੀ ਆਉਂਦਾ, ਦਿਲ ਕਰਦਾ ਤਾਂ ਬਣਾ ਲਈਦਾ, ਨਹੀਂ ਦਿਲ ਕਰਦਾ ਯਾਰ, ਸਿੱਧੀ ਜਿਹੀ ਗੱਲ ਆ, ਸਾਤੋਂ ਇਹ ਇੰਨੇ ਪਖੰਡ ਨਹੀਂ ਹੁੰਦੇ ਇਹ। ਜਿਹੜੀਆਂ ਚੀਜ਼ਾਂ ਲਈ ਮੈਨੂੰ ਵਧੀਆ ਲੱਗਦਾ ਕਿ ਹਾਂ ਮੈਂ ਬਲੌਗ ਬਣਾਉਣਾ ਅਤੇ ਮੈਂ ਬਣਾਵਾਂਗੀ, ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਹੈ ਕਿ ਆਹ ਲੋਕਾਂ ਤੱਕ ਪਹੁੰਚਾਈ ਜਾਵੇ, ਉਹ ਮੈਂ ਹਮੇਸ਼ਾ ਕਰਦੀ ਹੀ ਕਰਦੀ ਹਾਂ, ਭਾਵੇਂ ਫਿਰ ਕੁਛ ਵੀ ਹੋ ਜਾਵੇ। ਬਾਕੀ ਹਰ ਇੱਕ ਦੀ ਥਿੰਕਿੰਗ ਸੇਮ ਨਹੀਂ ਹੁੰਦੀ, ਹੈ ਨਾ, ਹਰ ਇੱਕ ਦਾ ਮਤਲਬ ਜ਼ਰ ਅਲੱਗ ਅਲੱਗ ਹੁੰਦਾ ਮਾਇੰਡ ਕਿਸੇ ਦਾ, ਕਿਸੇ ਨੂੰ ਕੀ ਵਧੀਆ ਲੱਗਦਾ ਕੀ ਨਹੀਂ, ਪਰ ਉਹ ਕੰਮ ਕਰੋ ਜੋ ਤੁਹਾਨੂੰ ਬਿਲਕੁਲ ਉਹ ਕਰੀਏ। ਅਤੇ ਇੱਕ ਨਾ ਕਹਾਵਤ ਹੁੰਦੀ ਸੀਗੀ ਕਿ ਖਾਈਏ ਮਨ ਪਾਉਂਦਾ, ਪਾਈਏ ਜੱਗ ਪਾਉਂਦਾ, ਪਰ ਇੱਥੇ ਅੱਜ ਕੱਲ੍ਹ ਉਲਟਾ ਚੱਲਦਾ ਕਿ ਛੱਡੋ, ਆਪੇ ਸਮਝਦਾਰ ਹੋ ਤੁਸੀਂ, ਲੋਕਾਂ ਨੂੰ ਦਿਖਾਉਣਾ ਹੀ ਦਿਖਾਉਣਾ ਕਿ ਅਸੀਂ ਅੱਜ ਇਹ ਕਰਨ ਲੱਗੇ ਸੀ ਉਹ। ਮੈਂ ਐਕਚੁਲੀ ਐਕਟਿਵ ਜ਼ਿਆਦਾ ਹੁੰਦੀ ਹਾਂ ਸਨੈਪਚੈਟ ਅਤੇ ਇੰਸਟਾਗ੍ਰਾਮ 'ਤੇ, ਸਾਰੇ ਪੁੱਛਦੇ ਕਿ ਤੁਸੀਂ ਬਲੌਗ ਨਹੀਂ ਪਾਉਂਦੇ, ਕਿੱਥੇ ਹੁੰਦੇ ਹੋ, ਇੱਦਾਂ ਇੱਦਾਂ। ਮੈਂ ਬਿਜ਼ੀ ਇੰਨਾ, ਮੈਂ ਆਪਣੇ ਕੰਮ ਨੂੰ ਲੈ ਕੇ, ਇੱਕ ਫੈਮਿਲੀ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਯਾਰ, ਉਹ ਸੰਭਾਲਣੀਆਂ ਹੁੰਦੀਆਂ, ਰਾਈਟ। ਮੈਂ ਇੰਸਟਾਗ੍ਰਾਮ 'ਤੇ, ਆਪਣੇ ਇੰਸਟਾਗ੍ਰਾਮ 'ਤੇ ਲੈ ਕੇ ਸਨੈਪਚੈਟ 'ਤੇ, ਦੋਨਾਂ 'ਤੇ ਮਤਲਬ ਸੋਰੀ, ਦੋਨਾਂ 'ਤੇ ਹੀ ਹੁੰਦੀ ਹੈ ਐਕਟਿਵ। ਅਤੇ ਜ਼ਰੂਰੀ ਨਹੀਂ ਹੈਗਾ ਕਿ ਹਰ ਦਿਨ ਬਲੌਗ ਬਣਾਵਾਂ, ਹੈ ਨਾ, ਮੈਂ ਕੀ ਕਰ ਰਹੀ ਹਾਂ ਕੀ ਨਹੀਂ। ਮੈਂ ਸਨੈਪਚੈਟ 'ਤੇ ਅਪਡੇਟ ਦੇ ਦਿੰਦੀ ਹਾਂ ਕਿ ਹਾਂਜੀ ਅੱਜ ਮੈਂ ਆਹ ਕਰ ਰਹੀ ਹਾਂ। ਇੱਕ ਚੀਜ਼ ਨੂੰ ਦਿਖਾਉਣ ਲਈ ਤੁਸੀਂ ਐਡੀ ਵੱਡੀ, ਪਹਿਲਾਂ ਤਾਂ 25 ਮਿੰਟ ਦਾ ਬਲੌਗ ਬਣਾਓ, ਅਸੀਂ ਇੱਥੇ ਜਾ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ, ਠੀਕ ਹੈ, ਵਧੀਆ ਹੈ, ਕੰਟੈਂਟ ਹੁੰਦੇ ਨਾ ਵਧੀਆ ਲੱਗਦੇ ਆ, ਕੁਛ ਲੋਕਾਂ ਤੱਕ ਪਹੁੰਚਾਵੇ ਕਿ ਹਾਂ ਯਾਰ ਆਹ ਕੁੜੀ ਕਰ ਰਹੀ ਅਤੇ ਬਹੁਤ ਵਧੀਆ ਕਰ ਰਹੀ ਹੈ। ਹੁਣ ਕਈਆਂ ਨੇ ਕਹਿਣਾ ਕਿ ਇਹ ਸਾਨੂੰ ਬੋਲਦੀ ਪਈ ਆ, ਹੈ ਨਾ, ਓਪੋਜ਼ਿਟ ਆ। ਮੈਂ ਸੱਚੀ ਦੱਸਾਂ, ਮੇਰੇ ਪਹਿਲੇ ਬਲੌਗ ਤੋਂ ਜਿਹੜਾ ਮੈਂ ਪਾਇਆ ਸੀਗਾ, ਲਾਈਕ ਜਿਹੜਾ ਫਰੈਸ਼ੀ ਨੇ ਆਪਣੇ ਵੀਡੀਓ 'ਚ ਦਿਖਾਇਆ ਸੀ, ਬਲੌਗ ਵਿੱਚ ਦਿਖਾਇਆ ਸੀ, ਉਹ ਬਲੌਗ ਨੂੰ ਲੈ ਕੇ ਮੈਨੂੰ ਬੜੇ ਲੋਕਾਂ ਨੇ ਹੇਟ ਕੀਤੀ ਕਿ ਪਾਇਲ ਇੱਦਾਂ, ਬੜੇ ਮੈਸੇਜ ਆਏ, ਤੂੰ ਆਪਣੇ ਆਪ ਨੂੰ ਕੀ ਸਮਝਦੀ ਆ। ਬਈ ਮੈਂ ਆਪਣੇ ਆਪ ਨੂੰ ਪਾਇਲ ਪਰਮੀ ਸਮਝਦੀ ਹਾਂ, ਮੈਂ ਕੁਛ ਵੀ ਨਹੀਂ ਸਮਝਦੀ। ਔਰ ਮੈਂ ਕੋਈ ਉਹ ਨਹੀਂ ਹੈਗੀ, ਮੈਂ ਕਹਾਂਗੀ ਮੈਂ ਜੀ ਪੰਜਾਬ ਦੀ ਹਾਂ, ਮੈਂ ਪੰਜਾਬ ਦੀ ਹੋਏ, ਸੋਰੀ, ਮੈਂ ਪੰਜਾਬ ਦੀ ਪਾਇਲ ਪਰਮੀ ਹਾਂ। ਅਤੇ ਮੇਰੇ 'ਚ ਇੰਨਾ ਬਈ ਹੈ ਨਹੀਂ ਕਿ ਮੈਂ ਕਿਸੇ ਨੂੰ ਕਹਾਂ ਜਾ ਕੇ, ਹੈ ਨਾ, ਲੋਕ ਧਮਕੀਆਂ ਦੇਣ ਲੱਗ ਜਾਂਦੇ, ਚਲੋ ਜੀ ਤੂੰ ਆਪਣੇ ਆਪ ਨੂੰ ਸਮਝਦੀ ਆ, ਮਿਲ ਤੋਂ। ਮੈਂ ਤਾਂ ਸਿੱਧਾ ਕਹਿੰਦੀ ਹੁੰਦੀ ਭਾਈ ਘਰ ਆ ਜਾਓ, ਬੈਠ ਕੇ ਗੱਲ ਕਰਦੇ। ਜੇ ਜ਼ਿਆਦਾ ਆਕੜ ਹੁੰਦੀ ਕਿਸੇ ਵਿੱਚ ਨਾ, ਸਾਹਮਣੇ ਆ ਕੇ ਗੱਲ ਕਰੀ ਦੀ, ਫੋਨਾਂ 'ਤੇ ਮੈਸੇਜਾਂ 'ਤੇ, ਬੱਚੇ ਕਰਦੇ ਹੁੰਦੇ ਯਾਰ, ਬੱਚੇ ਥੋੜ੍ਹੀ ਆ ਆਪਾਂ, ਵੱਡੇ ਹੋ ਜਾਓ ਯਾਰ, ਇਹ ਬੱਚਿਆਂ ਵਾਲਾ ਕੰਮ ਛੱਡ ਦਿਉ, ਇੰਸਟਾਗ੍ਰਾਮ 'ਤੇ ਲੜਾਈਆਂ ਕਰਨੀਆਂ, ਇਹ ਕਰਨੀਆਂ, ਇੰਨਾ ਵਿਹਲਾ ਨਹੀਂ ਹੁੰਦਾ ਕੋਈ। ਹਿੱਕ 'ਚ ਵੱਜਿਆ ਕਰੋ ਅੱਗੇ ਕਿ ਹਾਂ ਹੁਣ ਦੱਸ ਕੀ ਪ੍ਰੋਬਲਮ ਹੈ ਤੈਨੂੰ। ਕਹਿੰਦੇ ਕਿ ਓਪੋਜ਼ਿਟ ਚੱਲਦੀ ਪਈ ਆ, ਬਲੌਗਰਾਂ ਨੂੰ ਗਲਤ ਬੋਲਦੀ ਪਈ। ਕਿਹੜੇ ਬਲੌਗਰ ਦਾ ਨਾਂ ਲੈ ਕੇ ਮੈਂ ਉਹਨੂੰ ਗਲਤ ਬੋਲਿਆ? ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ, ਜਿਹਨੂੰ ਕਹਿੰਦੇ ਨਾ ਚੋਰ ਨੂੰ ਆਪਣਾ ਪਾਲਾ ਪੈਦਾ ਹੀ ਹੁੰਦਾ, ਅਤੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਸਾਡੇ ਲਈ ਬੋਲਦੇ, ਉਹ ਆਪਣੇ ਆਪ ਜਵਾਬ ਦੇਣੇ ਸ਼ੁਰੂ ਕਰ ਦਿੰਦੇ। ਅਤੇ ਇੰਨੇ ਤਾਂ ਬੱਚੇ ਹੈ ਨਹੀਂ ਲੋਕ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈਗੀ। ਆਪੇ ਕਮੈਂਟ ਸੈਕਸ਼ਨ ਵਿੱਚ ਪਤਾ ਲੱਗ ਜਾਂਦਾ ਕਿ ਕੌਣ ਕਿੰਨੇ ਕੁ ਪਾਣੀ ਵਿੱਚ ਆ, ਕਿਸੇ ਨੂੰ ਸਾਬਿਤ ਕਰਨ ਦੀ ਲੋੜ ਨਹੀਂ ਹੈਗੀ ਮੈਨੂੰ ਲੱਗਦਾ। ਬਾਕੀ ਯਾਰ ਇੱਕ ਸਭ ਤੋਂ ਮੇਨ ਗੱਲ, ਅੱਜ ਮੈਂ ਸਾਰੀਆਂ ਕੁੜੀਆਂ ਮੁੰਡਿਆਂ ਲਈ ਇੱਕ ਗੱਲ ਹੋਰ ਕਰਨਾ ਚਾਹੁੰਦੀ ਹਾਂ ਕਿ ਲਾਈਫ 'ਚ ਉਹ ਕੰਮ ਕਰਿਆ ਕਰੋ ਜਿਹਦੇ ਤੁਹਾਨੂੰ ਪਤਾ ਕਿ ਸਾਨੂੰ ਵਧੀਆ ਲੋਕ ਪਿਆਰ ਕਰਨਗੇ, ਨਾ ਕਿ ਉਹ ਇੱਦਾਂ ਦੇ ਕੰਮ ਕਰੋ ਜਿਹਦੇ ਨਾਲ ਥੋੜ੍ਹੀ ਹੇਟ ਵੱਧਦੀ ਹੈ, ਹੈ ਨਾ, ਕਿ ਲੋਕ ਤੁਹਾਨੂੰ ਹੇਟ ਕਰਨ, ਉਹ ਚੀਜ਼ਾਂ ਨਾ ਕਰਿਆ ਕਰੋ। ਅਤੇ ਬਾਕੀ ਯਾਰ ਲਾਈਫ ਆਪਣੀ ਆਪਣੀ ਹੁੰਦੀ ਹੈ, ਸੋਚਣੀ ਆਪਣੀ ਆਪਣੀ ਹੁੰਦੀ ਹੈ, ਕਿਹਨੇ ਕਿੱਦਾਂ ਕੀ ਕਰਨਾ, ਕਿਹਨੇ ਨਹੀਂ ਕਰਨਾ, ਉਹ ਆਪਣੇ ਹੱਥ 'ਚ ਹੁੰਦਾ, ਪਰ ਉਨਾ ਕਰਿਆ ਕਰੋ ਜਿੰਨਾ ਤੁਹਾਨੂੰ ਲੱਗਦਾ ਕਿ ਹਾਂ ਜਨਤਾ ਸਾਨੂੰ ਪਿਆਰ ਕਰਦੀ ਆ। ਦੇਖੋ ਹਰ ਕੋਈ ਇਨਸਾਨ ਇੱਦਾਂ ਹੀ ਨਹੀਂ ਹੈਗਾ ਕਿ ਚਲੋ ਜੀ ਕੈਮਰੇ ਦੇ ਸਾਹਮਣੇ ਆ ਗਿਆ, ਇੱਥੇ ਵੀ ਆਉਣ ਲਈ ਬਹੁਤ ਕੁਛ ਕਰਨਾ ਪੈਂਦਾ। ਹਰ ਕੋਈ ਨਹੀਂ ਹੈਗਾ ਕਿ ਚਲੋ ਜੀ ਕੈਮਰੇ ਦੇ ਸਾਹਮਣੇ ਚਲੋ ਰੀਲ ਬਣਾ ਲਈ ਆ, ਫੇਸ ਕਰ ਲਿਆ, ਜਦੋਂ ਫੇਮ ਮਿਲਦਾ ਨਾ ਇਹਨੂੰ ਸੰਭਾਲਣਾ ਵੀ ਬੜਾ ਔਖਾ ਹੈ। ਹਰ ਕੋਈ ਕਹਿ ਦਿੰਦਾ ਕਿ ਹਾਂ ਪਾਇਲ ਇੱਦਾਂ ਪਾਇਲ ਉੱਦਾਂ, ਜਦੋਂ ਫੇਮ ਬੰਦਾ ਨਾ ਫੇਮਸ ਹੋ ਜਾਂਦਾ, ਬੜੇ ਲੋਕ ਕਹਿੰਦੇ ਕਿ ਯਾਰ ਚਲੋ ਇੰਸਟਾਗ੍ਰਾਮ 'ਤੇ ਫੇਮਸ ਹੋ ਗਈ ਆ ਅਤੇ ਕੀ ਹੋ ਗਿਆ, ਪਰ ਇੱਕ ਗੱਲ ਬਹੁਤ ਔਖੀ ਕਹਿਣੀ ਹੈ ਕਿ ਜਦੋਂ ਫੇਮ ਮਿਲਦਾ ਨਾ ਉਹਨੂੰ ਸੰਭਾਲਣਾ, ਫੇਮ ਨਹੀਂ ਇੰਨਾ ਮੁਸ਼ਕਿਲ ਹੁੰਦਾ, ਬੰਦਾ ਹਰ ਕੋਈ ਅੱਜ ਕੱਲ੍ਹ ਆਪਣੀ ਡੇਟ 'ਚ ਕਰ ਲੈਂਦਾ, ਵਧੀਆ ਅੱਗੇ ਨਾਂ ਬਣਾ ਲੈਂਦਾ, ਪਰ ਜਿਹੜਾ ਫੇਮ ਨੂੰ ਇੱਕ ਕਵਰਿੰਗ ਕਰਨਾ ਹੁੰਦਾ ਨਾ, ਉਹਨੂੰ ਕਿੱਦਾਂ ਕਵਰ ਕਰਨਾ, ਕਿੱਦਾਂ ਉੱਠਣਾ ਬੈਠਣਾ, ਕਿੱਦਾਂ ਕਿਸੇ ਨਾਲ ਗੱਲ ਕਰਨੀ, ਉਹ ਬੜਾ ਔਖਾ ਹੁੰਦਾ। ਫੇਮ ਫੇਮ ਕਰਦੇ ਲੋਕ ਅੱਜ ਕੱਲ੍ਹ ਕਹਿ ਦਿੰਦੇ ਸੀ ਇਹ ਅਸੀਂ ਉਹ, ਫੇਮ ਨੂੰ ਸੰਭਾਲਣਾ ਬੜਾ ਔਖਾ ਹੁੰਦਾ। ਹਰ ਪਾਸੇ ਤੋਂ ਸਾਨੂੰ ਪਿਆਰ ਹੋਣਾ ਚਾਹੀਦਾ ਕਿ ਉਹ ਅਗਰ ਅਸੀਂ ਉਹ ਰਸਤੇ ਜਾ ਰਹੇ ਸਾਨੂੰ ਉੱਥੇ ਵੀ ਲੋਕ ਪਿਆਰ ਕਰਨ, ਜੇ ਅਸੀਂ ਇਹ ਰਸਤੇ ਜਾ ਰਹੇ ਹਾਂ ਉੱਥੇ ਵੀ ਪਿਆਰ ਕਰਨ।
ਤੇ ਇਹੀ ਚੀਜ਼ਾਂ ਹੁੰਦੀਆਂ, ਫੇਮ ਇੰਨੀ ਜਲਦੀ ਨਹੀਂ ਮਿਲਦਾ ਹੁੰਦਾ, ਉਹਦੇ ਲਈ ਵੀ ਮਿਹਨਤ ਕਰਨੀ ਪੈਂਦੀ ਹੈ। ਔਰ ਸੈਕਿੰਡ ਥਿੰਗ, ਇੱਕ ਹੋਰ ਗੱਲ ਸਾਰਿਆਂ ਨੂੰ ਕਹਿਣਾ ਚਾਹੁੰਦੇ, ਬੜੇ ਲੋਕ ਕਹਿੰਦੇ ਕਿ ਫੇਕ ਫੋਲੋਵਰ ਪਵਾ ਲਓ। ਯਾਰ ਤੁਸੀਂ ਫੋਲੋਵਰ ਕਿੰਨੇ ਮਰਜ਼ੀ ਪਵਾ ਲਓ, ਤੁਸੀਂ ਮੈਂ ਕੱਲ੍ਹ ਨੂੰ ਅੱਜ ਪੈਸੇ ਦੇ ਕੇ 1 ਮਿਲੀਅਨ ਫੋਲੋਵਰ ਕਰਵਾ ਲਾਂਗੀ ਕਿ ਲਓ ਜੀ ਅੱਜ ਮੇਰਾ 2 ਮਿਲੀਅਨ ਫੋਲੋਵਰ ਆ। ਮੈਟਰ ਕਰਦਾ ਤੁਹਾਡਾ ਨਾਮ, ਕਿ ਤੁਸੀਂ ਕਿੰਨੇ ਸਾਲਾਂ ਦੀ ਮਿਹਨਤ ਕਰਕੇ ਨਾਮ ਬਣਾਇਆ। ਫੋਲੋਵਰ ਤਾਂ ਯਾਰ ਜੜਾਂ ਖਾਣਾ ਚੱਕੀ ਫਿਰਦਾ, 35,000 ਜੀ ਤਾਂ ਫੋਲੋਵਰ ਨਹੀਂ ਹੁੰਦੇ, ਚੰਡੀਗੜ੍ਹ ਭੱਜ ਜਾਂਦਾ। ਅਤੇ ਰਹੀ ਗੱਲ ਫੋਲੋਵਰ ਦੀ, ਇੰਪੋਰਟੈਂਟ ਨਹੀਂ ਹੈਗੇ ਜ਼ਿੰਦਗੀ 'ਚ ਉਹ ਚੀਜ਼ਾਂ ਇੰਪੋਰਟੈਂਟ ਨੇ ਜਿਹੜੀਆਂ ਤੁਹਾਨੂੰ ਅੱਗੇ ਲੈ ਕੇ ਜਾਂਦੀਆਂ। ਤੁਹਾਡਾ ਨਾਮ, ਤੁਹਾਨੂੰ ਲੋਕ ਕਿੰਨਾ ਕੁ ਪਿਆਰ ਕਰਦੇ ਆ, ਤੁਹਾਡੇ ਨਾਮ ਨੂੰ ਕਿੰਨਾ ਪਿਆਰ ਕਰਦੇ ਆ, ਹਰ ਇੱਕ ਮਤਲਬ ਬਹੁਤ ਪ੍ਰਾਊਡ ਵਾਲੀ ਗੱਲ ਹੁੰਦੀ ਜਦੋਂ ਕਿਤੇ ਤੁਸੀਂ ਜਾਂਦੇ ਹੋ, ਚਾਹੇ ਮੈਂ ਚਾਹੇ ਕੋਈ ਵੀ ਕ੍ਰੀਏਟਰ ਲੈ ਲਓ, ਕੋਈ ਵੀ ਇਨਫਲੂਐਂਸਰ ਲੈ ਲਓ, ਕੋਈ ਵੀ। ਔਰ ਅੱਜ ਕੱਲ੍ਹ ਤਾਂ ਬੜੇ ਇਨਫਲੂਐਂਸਰ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਬੰਦਾ ਕੰਮ ਕਰਦਾ ਵਧੀਆ ਲੱਗਦਾ ਇਨਫਲੂਐਂਸਰ ਲਾਈਨ 'ਚ, ਹੈ ਨਾ, ਕਿ ਕੋਈ ਕਰਕੇ ਦਿਖਾਵੇ ਕਿ ਇੰਨਾ ਨਹੀਂ ਸਾਰਾ ਜ਼ਿੰਦਗੀ ਨਹੀਂ ਰੀਲਸ ਬਣਾ, ਸਾਰੀ ਜ਼ਿੰਦਗੀ ਰੀਲਸ ਨਹੀਂ ਬਣਾਉਣੀ, ਤੁਸੀਂ ਕੰਮ ਵੀ ਕਰਨੇ, ਅੱਗੇ ਵੀ ਵਧਣਾ, ਲਾਈਫ 'ਚ ਕੁਛ ਕਰੋ ਇੱਦਾਂ ਦਾ ਕਿ ਹਾਂ ਯਾਰ ਆਹ ਬੰਦਾ ਇੱਥੋਂ ਉੱਠ ਕੇ ਆ ਇੱਥੇ ਤੱਕ ਪਹੁੰਚਿਆ। ਲਾਈਕ ਤੁਸੀਂ ਫਿਰ ਹੁਣ, ਮੈਂ ਛੱਡੋ, ਗਲਤ ਨਹੀਂ ਬੋਲਣਾ ਕਿਸੇ ਨੂੰ, ਗਲਤ ਬੋਲ ਕੇ ਫਾਇਦਾ ਨਹੀਂ ਹੈਗਾ, ਆਪਣਾ ਹੀ ਕਹਿੰਦੇ ਜੇ ਕਿਸੇ ਨੂੰ ਬੁਰਾ ਬੋਲਾਂਗੇ ਆਪਣਾ ਬੁਰਾ ਹੋ ਜਾਂਦਾ, ਤਾਂ ਕਰਕੇ ਸਭ ਦਾ ਸੁੱਖ ਹੀ ਮੰਗਿਆ ਕਰੋ ਰੱਬ ਅੱਗੇ ਕਿ ਸਭ ਵਧੀਆ ਹੀ ਹੋਵੇ। ਪਰ ਕਹਿੰਦੇ ਮੈਂ ਮਾੜਾ ਨਹੀਂ ਕਦੇ ਕਿਸੇ ਨੂੰ ਕਹਿੰਦੀ ਹੈਗੀ ਕਿ ਮਾੜਾ ਹੋ ਜਾਵੇ, ਪਰ ਖੁਦ ਨੂੰ ਸ਼ਰਮ ਹੋਣੀ ਚਾਹੀਦੀ ਇਨਸਾਨ ਨੂੰ ਕਿ ਅਸੀਂ ਕੀ ਹਾਂ, ਅਸੀਂ ਕਿਹਨੂੰ ਕਿੱਦਾਂ। ਇੱਥੇ ਬੜੇ ਲੋਕ ਜਿਹੜੇ ਕਹਿ ਦਿੰਦੇ ਤੂੰ ਤਾਂ ਇੱਦਾਂ, ਤੂੰ ਯੇ, ਤੂੰ ਵੋ, ਬਸ ਉਹਨਾਂ ਨੇ ਇੱਕੀ ਗੱਲ ਕਹਿਣਾ ਚਾਹੁੰਦੀ, ਭਰਾ ਤੁਸੀਂ ਠੀਕ ਹੋ, ਅਸੀਂ ਗਲਤ ਹਾਂ, ਔਰ ਰੱਬ ਦੇਖਦਾ ਵਾ। ਤੁਸੀਂ ਆਪਣੇ ਆਪ ਤੋਂ, ਆਪਣੇ ਦੋਸਤਾਂ ਤੋਂ, ਲੋਕਾਂ ਤੋਂ ਲੁਕੋ ਲੂੰਗੇ, ਪਰ ਉਹ ਰੱਬ ਦੀ ਨਿਗਾਹ ਥੋੜ੍ਹੀ ਕੋਈ ਲੁਕੋ ਸਕਦਾ, ਉਹ ਤਾਂ ਦੇਖਦਾ ਹੀ ਹੈ ਗਲਤ ਕੌਣ ਹੈ ਸਹੀ ਕੌਣ ਹੈ। ਤਾਂ ਕਰਕੇ ਸੁੱਖ ਮੰਗਿਆ ਕਰੋ ਸਭ ਦੀ, ਮਹਾਰਾਜ ਵੀ ਉਹਦਾ ਹੀ ਸਾਥ ਦਿੰਦਾ ਜੋ ਕਿਸੇ ਨੂੰ ਮਾੜਾ ਨਹੀਂ ਬੋਲਦਾ, ਰੱਬ ਉਹਨੂੰ ਉਸ ਸਿਖਰਾਂ 'ਤੇ ਲੈ ਕੇ ਜਾਂਦਾ ਹੁੰਦਾ ਜਿਹੜਾ ਇਨਸਾਨ ਨੀਵਾਂ ਹੋ ਕੇ ਰਹਿੰਦਾ। ਬਾਕੀ ਯਾਰ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸਿਓ ਕਿ ਕਿੱਦਾਂ, ਕਿਵੇਂ ਤੁਹਾਨੂੰ ਬਲੌਗ ਚਾਹੀਦੇ ਆ। ਬਾਕੀ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਕੇ, ਜੇ ਮੈਨੂੰ ਵਧੀਆ ਮਤਲਬ ਵਧੀਆ ਲੱਗਿਆ ਕੁਛ ਕਿ ਹਾਂ ਇੱਥੇ ਐਵੇਂ ਵੀਡੀਓਜ਼ ਬਣਾਉਣੀਆਂ, ਆਹ ਚੀਜ਼ ਆਪਾਂ ਲੋਕਾਂ ਤੱਕ ਪਹੁੰਚਾਉਣੀ ਆ, ਤਾਂ ਜ਼ਰੂਰ ਕਰਾਂਗੇ। ਅਤੇ ਬਾਕੀ ਯਾਰ ਕੁੜੀਆਂ ਨੂੰ, ਮੁੰਡਿਆਂ ਨੂੰ ਇੱਕ ਹੀ ਗੱਲ ਆ ਕਿ ਯਾਰ ਸਪੋਰਟ ਉਹਨੂੰ ਕਰੋ ਜਿਹੜਾ ਬੰਦਾ ਤੁਹਾਨੂੰ ਲੱਗਦਾ ਸਹੀ ਚੱਲ ਰਿਹਾ। ਇੱਦਾਂ ਜਣੀ ਖਣੀ ਲੀਰਾਂ ਫੀਰਾਂ ਨੂੰ ਇਕੱਠੀਆਂ ਕਰਕੇ ਐਵੇਂ ਨਾ ਬੜਾਪਾ ਦਿਆ ਕਰੋ ਕਿ ਹਾਂ ਇਹ ਬਹੁਤ ਘੈਂਟ ਆ, ਬੜਾ ਸਿਰਾ, ਯੇ ਆ, ਇਹ ਫਿਰ ਉਹ ਹਵਾ 'ਚ ਆ ਜਾਂਦੇ ਅਤੇ ਆਪਾਂ ਲੋਕ ਫਿਰ ਬਾਅਦ 'ਚੋਂ ਕਹਿੰਦੇ ਕਿ ਯਾਰ ਅਸੀਂ ਇਹਦਾ ਇੰਨਾ ਕੀਤਾ ਅਤੇ ਉਹ ਬੰਦਾ ਅੱਜ ਹਵਾ ਕਰਦਾ ਪਿਆ। ਇਹ ਗਲਤੀ ਸਾਰੀ ਤੁਹਾਡੀ ਹੁੰਦੀ, ਤੁਸੀਂ ਉਹ ਬੰਦੇ ਨੂੰ ਉੱਪਰ ਲੈ ਕੇ ਜਾਂਦੇ ਹੋ, ਠੀਕ ਹੈ, ਜਿਹਨੂੰ ਕੋਈ ਪੁੱਛਦਾ ਨਹੀਂ, ਉਹ ਫਿਰ ਤੁਹਾਨੂੰ ਵੀ ਨਹੀਂ ਪੁੱਛਦਾ ਹੈਗਾ ਕਿਸੇ ਟਾਈਮ, ਜਿਹਨੇ ਤੁਸੀਂ ਜਿਹਦਾ ਦਿਲੋਂ ਕੀਤਾ ਹੁੰਦਾ। ਤਾਂ ਕਰਕੇ ਉਨਾ ਕੁ ਇਨਸਾਨ ਨੂੰ ਰੱਖਿਆ ਕਰੋ, ਜ਼ਿਆਦਾ ਹਵਾ ਸਿਰ 'ਤੇ ਨਾ ਚੜਾਇਆ ਕਰੋ, ਕਿਉਂਕਿ ਕਦਰਾਂ ਗਵਾ ਲੈਂਦੇ ਫਿਰ ਤੁਸੀਂ ਆਪੇ ਆਪਣੀਆਂ। ਬਸ ਇਹੀ ਗੱਲ, ਬਸ ਖੁਸ਼ ਰਹੋ ਜ਼ਿੰਦਗੀ 'ਚ, ਲਾਈਫ ਬਹੁਤ ਛੋਟੀ ਹੈ। ਹਰ ਬਲੌਗ 'ਚ ਮੈਂ ਕਹਿੰਦੀ ਹਾਂ, ਹਰ ਇਹ ਲਾਈਨ ਜ਼ਰੂਰੀ ਹੈ ਕਿ ਯਾਰ ਮਿਹਨਤ ਕਰਦੇ ਰਹੋ, ਮਿਹਨਤ ਤੋਂ ਵੱਧ ਕੁਛ ਵੀ ਨਹੀਂ ਹੈਗਾ। ਜੇ ਕਹੋਗੇ ਤਾਂ ਕਿ ਮੱਥਾ ਟੇਕ ਕੇ ਕਹਿ ਲਾਂਗੇ ਬਾਬਾ ਜੀ ਆਹ ਕੰਮ ਪੂਰਾ ਕਰ ਦਿਉ, ਬਾਬਾ ਜੀ ਵੀ ਨੇ ਇੱਦਾਂ ਨਹੀਂ ਕਰਨਾ ਹੈਗਾ, ਜੇ ਤੁਸੀਂ ਮਿਹਨਤ ਕਰੋਗੇ ਫਲ ਉਹਨੇ ਤਾਂ ਹੀ ਲਾਉਣਾ ਵਾ। ਇੱਦਾਂ ਨਹੀਂ ਕਿ ਉੱਠ ਕੇ 24 ਘੰਟੇ ਸੁੱਤੇ ਪਏ ਰਹੋ, ਉੱਠ ਕੇ ਕਹਿ ਦਈਏ ਕਿ ਹਾਂਜੀ ਆਹ ਸਾਡਾ, ਅਸੀਂ ਫੇਮਸ ਨਹੀਂ ਹੋਏ, ਅਸੀਂ ਇੱਦਾਂ ਨਹੀਂ ਹੋਏ, ਸਾਡਾ ਆਹ ਕੰਮ ਨਹੀਂ ਬਣਿਆ। ਸਭ ਤੋਂ ਇੰਪੋਰਟੈਂਟ ਹੈ ਮਿਹਨਤ ਕਰਦਿਆਂ ਦਾ ਪਿਆਰ, ਰੱਬ ਅੱਗੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਚੰਗੇ ਦਿਨ ਆਉਣ, ਸਭ ਕੁਛ ਚੰਗਾ ਹੋਵੇ। ਜੋ ਕੱਲ੍ਹ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਪੰਜਾਬ 'ਚ ਹਾਲਾਤ ਕਿੱਦਾਂ ਦੇ ਚੱਲਣ ਦੇ ਆ, ਬਸ ਲੜੋ ਨਾ ਕਿਸੇ ਨਾਲ, ਖੁਸ਼ ਰਹੋ, ਬਸ ਇਹੀ ਚੀਜ਼ ਆ। ਅਤੇ ਬਸ ਬਾਕੀ ਸਾਰਿਆਂ ਦਾ ਪਿਆਰ, ਦਿਲੋਂ ਰਿਸਪੈਕਟ, ਐਂਡ ਗੋਡ ਬਲੈਸ ਯੂ ਸਾਰਿਆਂ ਨੂੰ। ਚੜ੍ਹਦੀ ਕਲਾ 'ਚ ਰਹੋ ਸਾਰੇ। ਸੋਰੀ ਯਾਰ, ਕਦੇ ਕਦੇ ਨਾ ਫਿਸਲ ਜਾਤੀ ਹੈ ਜ਼ੁਬਾਨ, ਕੋਈ ਫਨ ਵੀ ਹੋਣਾ ਚਾਹੀਦਾ ਨਾ, ਇੱਦਾਂ ਥੋੜ੍ਹੀ ਕਿ ਗੱਲਾਂ ਹੀ ਕਰੀ ਜਾਓ। ਅਤੇ ਹੋਰ ਕੁਛ ਵੀ ਨਹੀਂ, ਹੋਰ ਬਾਕੀ ਯਾਰ ਕਮੈਂਟਾਂ 'ਚ ਤੁਸੀਂ ਆਪੇ ਦੱਸ ਦਿੰਦੇ ਪਿਆਰ ਆਪਣਾ, ਬਾਕੀ ਜ਼ਰੂਰ ਦੱਸਿਓ ਕਮੈਂਟ 'ਚ। ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਦਿਲੋਂ ਪਿਆਰ ਕੀਤਾ, ਦਿਲੋਂ ਰਿਸਪੈਕਟ ਦਿੰਦੇ ਹੋ, ਐਂਡ ਲਵ ਯੂ ਐਂਡ ਸਤਿ ਸ਼੍ਰੀ ਅਕਾਲ ਜੀ। ਯੂਟਿਊਬ ਚੈਨਲ ਹੋ ਸਕੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਜੇ ਤੁਹਾਨੂੰ ਵਧੀਆ ਲੱਗਦਾ, ਨਹੀਂ ਲੱਗਦਾ ਇਟਸ ਓਕੇ ਆ, ਤਾਂ ਵੀ ਤੁਹਾਨੂੰ ਪਿਆਰ ਹੈ। ਨਹੀਂ ਜੇ ਕੋਈ ਹੇਟ ਵੀ ਕਰਦਾ ਉਹਨੂੰ ਵੀ ਦਿਲੋਂ ਪਿਆਰ ਹੈ, ਜੋ ਸਾਨੂੰ ਪਿਆਰ ਕਰਦੇ ਉਹ ਤਾਂ ਚਲੋ ਹਾਈ ਕੋਲ ਹੁੰਦੇ ਹੈ ਨਾ, ਜੋ ਹੇਟ ਵੀ ਕਰਦਾ ਮਹਾਰਾਜ ਉਹਨੂੰ ਵੀ ਹਮੇਸ਼ਾ ਖੁਸ਼ ਰੱਖੇ। ਅਤੇ ਜ਼ਰੂਰ ਦੱਸਿਓ ਕਿਵੇਂ ਲੱਗਿਆ ਅਤੇ ਕਿਵੇਂ ਦੇ ਬਲੌਗ ਤੁਹਾਨੂੰ ਅੱਗੇ ਚਾਹੀਦੇ ਆ, ਜ਼ਰੂਰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ। ਐਂਡ ਮੈਂ ਨੀਚੇ ਆਪਣੀ ਇੰਸਟਾਗ੍ਰਾਮ ਆਈ ਡੀ ਐਂਡ ਸਨੈਪਚੈਟ ਆਈ ਡੀ ਜ਼ਰੂਰ ਪਾਵਾਂਗੀ, ਜ਼ਰੂਰ ਚੈੱਕ ਕਰ ਲਿਓ, ਫੋਲੋ ਕਰ ਲਿਓ, ਸਬਸਕ੍ਰਾਈਬ ਕਰ ਲਿਓ। ਸਤਿ ਸ਼੍ਰੀ ਅਕਾਲ।